ਤੇ ਵਕਤਬਾਦ ਜੀ ਤੁਹਾਡੀ ਖਿਦਮਤ ਦੇ ਵਿੱਚ ਮੁੜ ਤੋਂ ਹਾਜ਼ਰ ਹਾਂ ਔਰ ਅੱਜ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ ਸਿੱਖ ਡਾਇਸਪੋਰਾ ਆਖਿਰਕਾਰ ਕੀ ਕਹਿੰਦਾ ਹੈ, ਆਖਿਰਕਾਰ ਕਿਸ ਤਰੀਕੇ ਦੀ ਉਮੀਦ ਉਹ ਲਗਾ ਕੇ ਰੱਖ ਰਹੇ ਨੇ ਭਾਰਤ ਦੇ ਵਿੱਚ ਵਸਦੇ ਵਸਨੀਕਾਂ ਤੋਂ, ਭਾਰਤ ਦੇ ਵਿੱਚ ਵਸਦੇ ਸਿਆਸਤਦਾਨਾਂ ਤੋਂ, ਪੰਜਾਬ ਦੇ ਵਿੱਚ ਵਸਦੇ ਵਸਨੀਕਾਂ ਤੋਂ ਔਰ ਪੰਜਾਬ ਦੇ ਵਿੱਚ ਵਸਦੇ ਇਹਨਾਂ ਸਿਆਸਤਦਾਨਾਂ ਤੋਂ। ਅੱਜ 1984 ਦੀ ਗੱਲ ਕਰੀਏ ਤਾਂ ਲਗਭਗ 33 ਈਅਰਸ ਹੋ ਚੁੱਕੇ ਨੇ, ਲੇਕਿਨ ਕੀ ਮਿਲ ਰਿਹਾ? ਮਿੱਠੀ ਗੋਲੀਆਂ। ਕੀ ਮਿਲ ਰਿਹਾ? ਕਰ ਰਹੇ ਹਾਂ ਕੁਛ। ਕੀ ਮਿਲ ਰਿਹਾ? ਕਰਾਂਗੇ ਕੁਛ। ਆਖਿਰਕਾਰ ਕਦ ਹੋਏਗਾ? ਤ੍ਰਿਲੋਕ ਸਿੰਘ ਜੀ ਵਾਕਈ ਹੀ ਇਸ ਗੱਲ ਨੂੰ ਲੈ ਕੇ ਬੇਹੱਦ ਪਰੇਸ਼ਾਨ ਹਨ। ਅੱਜ ਜਦ ਮੈਂ ਪਹੁੰਚਿਆ ਵਰਜੀਨੀਆ ਦੀ ਇਸ ਧਰਤੀ ਦੇ ਉੱਤੇ, ਜਦ ਮੈਂ ਲੋਕਾਂ ਦੇ ਹਾਲ ਜਾਣੇ ਤੇ ਅੱਜ ਅੱਖਾਂ ਨਮ ਹੋ ਜਾਂਦੀਆਂ ਹਨ। ਮੈਂ ਜ਼ਰੂਰ ਜਾਣਨ ਦੀ ਕੋਸ਼ਿਸ਼ ਕਰਾਂਗਾ ਇਹਨਾਂ ਦੀ ਕਹਾਣੀ ਇਹਨਾਂ ਦੇ ਜ਼ੁਬਾਨੀ। ਸਭ ਤੋਂ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ, ਤੁਸੀਂ ਕੀਮਤੀ ਸਮਾਂ ਸਾਨੂੰ ਦਿੱਤਾ। ਸਾਡੇ ਵਿਊਅਰਸ ਇਸ ਟਾਈਮ ਤੁਹਾਨੂੰ ਵੇਖ ਪਾ ਰਹੇ ਨੇ, ਤੁਸੀਂ ਲਾਈਵ ਹੋ ਜੀ, ਕੀ ਕਹਿਣਾ ਚਾਹੋਗੇ ਸਾਡੇ ਵਿਊਅਰਸ ਨੂੰ? ਸਭ ਤੋਂ ਪਹਿਲੇ ਮੈਂ ਹਰਕੀਰਤ ਜੀ ਦਾ, ਜਸ ਟੀਵੀ ਦਾ ਅਤਿਅੰਤ ਧੰਨਵਾਦ ਕਰਦਾ। ਜਿਨ੍ਹਾਂ ਨੇ ਸਾਡੇ ਦਿਲਾਂ ਦੀ ਗੱਲ ਸਾਡੀ ਭੈਣਾਂ ਭਰਾ 'ਚ ਪਹੁੰਚਾਉਣ ਦੀ ਜ਼ਿੰਮਾ ਲਿਆ ਹੈ, ਕਿਉਂਕਿ ਚੱਲ ਉਹ ਵਾਰਦਾਤ ਦੇਖ ਕੇ ਬੋਲਣ ਦੀ ਵੀ ਹਿੰਮਤ ਨਹੀਂ ਹੋ ਰਹੀ ਕਿ ਉਸ ਵਾਕਿਆ ਨੂੰ ਤੁਹਾਡੇ ਸਾਹਮਣੇ ਕਿਸ ਰੁੱਖ ਨਾਲ ਪੇਸ਼ ਕਰੀਏ। ਮੈਂ ਜਜ਼ਬਾਤਾਂ ਦੀ ਤੁਹਾਡੇ ਕਦਰ ਕਰਦਾ, ਲੇਕਿਨ ਜ਼ਰੂਰ ਚਾਹਾਂਗਾ ਕਿ ਜੋ ਵੀ ਤੁਹਾਡੇ ਨਾਲ ਵਾਪਰ ਰਿਹਾ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ ਔਰ ਕੀ ਉਮੀਦ ਤੁਸੀਂ ਲਗਾ ਕੇ ਰੱਖ ਰਹੇ ਹੋ। ਅਚਾਨਕ ਸਵੇਰ ਦਾ ਟਾਈਮ ਸੀ, ਇਹ ਵਾਕਿਆ ਗੋਲ ਮਾਰਕੀਟ ਦਾ, ਕਰੀਬ 300 ਬੰਦਿਆਂ ਨੇ ਮੇਰੇ ਘਰ ਨੂੰ ਚਾਰੋ ਤਰਫ ਘੇਰ ਲਿਆ ਸੀ ਔਰ ਮੇਰੇ 10 ਗਜ਼ ਦੂਰ ਸਰਦਾਰ ਜੀ ਜੋ ਮਿਨਿਸਟਰੀ 'ਚ ਕੰਮ ਕਰਦੇ ਸੀ, 10 ਗਜ਼ ਦੀ ਦੂਰੀ 'ਚ ਗਰਾਊਂਡ ਫਲੋਰ ਉਹਨਾਂ ਦਾ ਸੀ ਤੇ 300 ਬੰਦਿਆਂ ਨੇ ਲਗਾਤਾਰ ਤੋੜ ਫੋੜ ਕਰਨਾ ਸ਼ੁਰੂ ਕਰ ਦਿੱਤੀ। ਬੜੇ ਅਜਬ ਜਿਹੇ ਬੰਦੇ ਸੀ, ਪੰਜਾਮੇ ਪਾਏ, ਕੱਛੇ ਪਾਏ, ਹੱਥਾਂ ਥੈਲੇ ਲਏ, ਸੋਟੀਆਂ ਲਈਆਂ ਤੇ ਉਹ ਘਰ ਨੂੰ ਕੜੀ ਕੜੀ ਤੋੜੇ ਜਾ ਰਹੇ ਸੀ ਔਰ ਸਰਦਾਰਾਂ ਦਾ ਪੁੱਛੇ ਜਾ ਰਹੇ ਸੀ, ਸਰਦਾਰ ਜੀ ਕਹਾਂ ਹੈ, ਸਰਦਾਰ ਜੀ ਕਹਾਂ ਹੈ ਤੇ ਉਹਨਾਂ ਨੇ ਕਿਹਾ ਲੇਡੀਜ਼ ਨੇ ਬਈ ਉਹ ਮਿਨਿਸਟਰੀ 'ਚ ਕੰਮ ਕਰਨ ਚੱਲੇ ਗਏ ਤੇ ਉਸ ਤੋਂ ਬਾਅਦ ਉਹਨਾਂ ਨੇ 20 ਮਿੰਟ ਤੱਕ ਉਸ ਘਰ ਨੂੰ 3 ਵਾਰ ਤੋੜਿਆ, ਕਿਉਂਕਿ ਮੇਰਾ ਘਰ ਸਿਰਫ 10 ਗਜ਼ ਦੇ ਫਾਸਲੇ ਉੱਤੇ ਸੀ ਔਰ ਮੇਰਾ ਮੇਨ ਦਰਵਾਜ਼ਾ ਵੀ ਖੁੱਲ੍ਹਾ ਹੀ ਸੀ ਅਤੇ ਮੈਂ ਆਪਣੇ ਛੋਟੀ ਬੇਟੀ ਸੀ 7 ਸਾਲ ਦੀ, 1.5 ਸਾਲ ਦਾ ਮੇਰਾ ਬੇਟਾ ਸੀ ਜਿਹੜੇ ਅੱਜ ਕੱਲ੍ਹ ਅਮਰੀਕਾ 'ਚ ਹੈਗੇ ਅਤੇ ਉਹਨਾਂ ਨੂੰ ਮੈਂ ਬਾਥਰੂਮ ਵਿੱਚ ਬੰਦ ਕਰ ਦਿੱਤਾ ਔਰ ਖੁੱਲ੍ਹੇ ਦਰਵਾਜ਼ੇ ਦੇ ਕਿਨਾਰੇ ਮੈਂ ਖੜ੍ਹਾ ਹੋ ਗਿਆ। ਮੈਂ ਕਿਹਾ ਬਈ ਇਹਨਾਂ ਲੋਕਾਂ ਨੇ ਸਾਡੇ ਘਰ ਨੂੰ ਅੱਗ ਲਾ ਦੇਣੀ ਆ, ਮਾਰ ਦੇਣਾ, ਲੇਕਿਨ ਫਿਰ ਮੈਂ ਘਬਰਾਇਆ ਨਹੀਂ। ਮੈਂ ਕਿਹਾ ਕੋਈ ਨਹੀਂ, ਅਗਰ ਮਾਰਨਗੇ ਤੇ 2-4 ਬੰਦੇ ਮੈਂ ਵੀ ਮਾਰ ਦਾਂਗਾ, ਮਰਨਾ ਤੇ ਹੈ ਹੀ ਹੈ। ਲੇਕਿਨ ਐਸੀ ਗੁਰਾਂ ਦੀ ਬਖਸ਼ਿਸ਼ ਹੋਈ, ਉਹ 20 ਮਿੰਟ ਵਿੱਚ 3 ਵਾਰ ਉਹਨਾਂ ਨੇ ਮੇਰੇ ਸਾਹਮਣੇ ਘਰ ਨੂੰ ਤੋੜਿਆ, ਅਸੀਂ ਸਭ ਅੱਖਾਂ ਨਾਲ ਦੇਖ ਰਹੇ ਸੀ ਔਰ ਉਸ ਤੋਂ ਬਾਅਦ 3 ਬੱਸਾਂ ਆਈਆਂ ਜਿਹੜੀਆਂ ਉਹਨਾਂ ਬੰਦਿਆਂ ਨੂੰ ਬਿਠਾ ਕੇ ਬਿਰਲਾ ਮੰਦਿਰ ਵੱਲ ਚੱਲੀਆਂ ਗਈਆਂ, ਲੇਕਿਨ ਉਹ ਘਰ ਬਿਲਕੁਲ ਤਹਿਸ਼ ਨਹਿਸ਼ ਹੋ ਗਿਆ। ਪਤਾ ਨਹੀਂ ਗੁਰਾਂ ਦੀ ਬਖਸ਼ਿਸ਼ ਸੀ ਕਿ ਉਹਨਾਂ ਦੇ ਕਦਮ 10 ਗਜ਼ ਮੇਰੇ ਘਰ ਵੱਲ ਨਹੀਂ ਮੁੜੇ, ਨਹੀਂ ਤਾਂ ਸ਼ਾਇਦ ਮੇਰੇ ਬੱਚੇ ਇਸ ਉਮਰ ਵਿੱਚ ਅਮਰੀਕਾ ਨਹੀਂ ਆਉਂਦੇ। ਤੇ ਜਿਵੇਂ ਹਰ ਵਕਤ ਇਹਨੂੰ ਦੰਗਾ ਫਸਾਦ ਕਿਹਾ ਜਾਂਦਾ ਹੈ, ਮੈਨੂੰ ਇਹ ਨਹੀਂ ਸਮਝ ਆਉਂਦਾ ਕਿ ਦੰਗਾ ਫਸਾਦ ਕਿਉਂ ਹੈ। ਦੰਗਾ ਫਸਾਦ ਤੇ ਉਹ ਹੈ ਕਿ ਹਰ ਇੱਕ ਕਮਿਊਨਿਟੀ ਦਾ ਬੰਦਾ ਬਾਹਰ ਆ ਗਿਆ ਔਰ ਲੜੀ ਜਾ ਰਿਹਾ, ਝਗੜੀ ਜਾ ਰਿਹਾ, ਮਾਰਕੀਟ ਕਰੀ ਜਾ ਰਿਹਾ। ਤੁਸੀਂ ਇੱਕ ਕਮਿਊਨਿਟੀ ਦੇ ਕਤਲੇਆਮ ਕਰੀ ਜਾਓ ਔਰ ਉਸ ਕਮਿਊਨਿਟੀ ਨੂੰ ਖਤਮ ਕਰੀ ਜਾਓ ਤੇ ਉਸ ਨੂੰ ਇਹ ਦੰਗਾ ਫਸਾਦ ਕਿਵੇਂ ਕਹਿੰਦੇ? ਇਹ ਤੇ ਸਰੇਆਮ ਕਤਲੇਆਮ ਸੀ ਔਰ ਕਰਾਉਣ ਵਾਲੇ ਉੱਥੇ ਦੇ ਨੇਤੇ ਸੀ ਜਿਨ੍ਹਾਂ ਨੂੰ ਸਾਰਾ ਦਿੱਲੀ ਜਾਣਦਾ ਹੈ, ਸਾਰਾ ਮੁਲਕ ਜਾਣਦਾ ਹੈ। ਲੇਕਿਨ ਅਫਸੋਸ ਦੀ ਗੱਲ ਇਹ ਹੈ ਕਿ ਇਤਨੇ ਸਾਲ ਹੋ ਗਏ, 34-35 ਸਾਲ ਹੋਣ ਲੱਗੇ, ਕੋਰਟ ਦੇ ਸਾਰੇ ਕਚਹਿਰੀਆਂ ਦੇ ਚੱਕਰ ਮਾਰ ਮਾਰ ਕੇ ਸਰਦਾਰ ਭਰਾ ਵੀ ਰਹਿ ਗਏ, ਜਿਹੜੇ ਅਫੈਕਟਡ ਬੰਦੇ ਸੀ ਉਹ ਵੀ ਰਹਿ ਗਏ, ਲੇਕਿਨ ਅੱਜ ਤੱਕ ਉਹਨਾਂ ਨੂੰ ਇਨਸਾਫ਼ ਨਹੀਂ ਮਿਲਿਆ। ਜਦਕਿ ਕਚਹਿਰੀਆਂ ਦਾ ਅਸੂਲ ਹੈ ਕਿ ਅਗਰ ਕਿਸੇ ਦਾ ਮਰਡਰ ਵੀ ਹੋ ਜਾਂਦਾ ਹੈ, ਇੱਕ ਐਵੀਡੈਂਸ ਆਈ ਵਿਟਨੈਸ ਹੋ ਜਾਂਦੀ ਹੈ ਤੇ ਉਸ ਬੰਦੇ ਨੂੰ ਉਮਰ ਕੈਦ ਜਾਂ ਫਾਂਸੀ ਦੀ ਸਜ਼ਾ ਇਮੀਡੀਏਟ ਦੇ ਦਿੱਤੀ ਜਾਂਦੀ ਹੈ ਕਿ ਬਈ ਆਈ ਵਿਟਨੈਸ ਹੈ।
ਇੱਥੇ ਤੇ ਦੁਨੀਆ ਭਰ ਦੀ ਯੂਟਿਊਬ ਉੱਤੇ ਫਿਲਮਾਂ ਬਣ ਗਈਆਂ ਔਰ ਦੁਨੀਆ ਭਰ ਦੇ ਆਈ ਵਿਟਨੈਸ ਨੂੰ ਜਿਹੜੇ ਕਹਿ ਰਹੇ ਨੇ ਬੰਦਿਆਂ ਨੇ ਦੰਗਾ ਫਸਾਦ ਕਰਾਇਆ ਔਰ ਇਹਨਾਂ ਨੇ ਮਰਵਾਇਆ ਔਰ ਬੰਦਿਆਂ ਦੇ ਗੱਲਾਂ ਚ ਟਾਇਰ ਪਾ ਕੇ ਉਹਨਾਂ ਨੂੰ ਅੱਗ ਲਾ ਰਹੇ ਨੂੰ ਧੀਆਂ ਭੈਣਾਂ ਨੂੰ ਚੁੱਕ ਚੁੱਕ ਕੇ ਉਹਨਾਂ ਦੇ ਕੱਪੜੇ ਹਵਾ ਵਿੱਚ ਉਛਾਲ ਦੇਣ ਤੇ ਇਹ ਸਭ ਚੀਜ਼ਾਂ ਅੱਖਾਂ ਨਾਲ ਦੇਖੀਆਂ ਔਰ ਉਸਦੇ ਬਾਵਜੂਦ ਇਤਨੇ ਸਾਲਾਂ ਤੋਂ ਕੁਛ ਇਨਸਾਫ਼ ਨਾ ਮਿਲਣ ਦੀ ਉਮੀਦ ਬਿਲਕੁਲ ਲੋਕਾਂ ਨੂੰ ਬਿਲਕੁਲ ਹੀ ਰਹਿ ਗਈ ਹੈ ਜੀ 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 ਕਿਉਂਕਿ ਇਸ ਵਿੱਚ ਸਾਰੇ ਪੋਲੀਟੀਕਲ ਬੰਦਿਆਂ ਦੇ ਹੱਥ ਹੁੰਦੇ ਨੇ ਜੀ ਕੋਈ ਵੀ ਪਾਰਟੀ ਹੈ ਔਰ ਉਸ ਵਕਤ ਸਰਵੋੱਚ ਪਦ ਉੱਤੇ ਸਾਡੇ ਗਿਆਨੀ ਜੈਲ ਸਿੰਘ ਜੀ ਬੈਠੇ ਹੋਏ ਸੀ ਕਿ ਇਹ ਨਹੀਂ ਸੀ ਸਾਰਾ ਦਿੱਲੀ ਜਲ ਲਿਆ ਸਾਰੇ ਪਾਸੇ ਦੰਗਾ ਫਸਾਦ ਕਹਿੰਦੇ ਨੇ ਕਤਲੇਆਮ ਹੋ ਰਿਹਾ ਸਰਦਾਰਾਂ ਨੂੰ ਹੀ ਮਾਰੀ ਜਾ ਰਹੇ ਨੇ ਕਿ ਉਹ ਉਸ ਵਕਤ ਉਸ ਕਤਲੇਆਮ ਨੂੰ ਰੋਕ ਨਹੀਂ ਸਕਦੇ ਸੀ ਜਾਂ ਉਸ ਕਤਲੇਆਮ ਨੂੰ ਡਿਫੈਂਸ ਦੇ ਹਵਾਲੇ ਨਹੀਂ ਕਰ ਸਕਦੇ ਸੀ ਇਤਨੀ ਫੋਰਸਿਸ ਇਹਨਾਂ ਕੋਲ ਲੱਗ ਗਈ ਲੇਕਿਨ ਕਿਸੇ ਦਾ ਵੀ ਕੋਈ ਵਸ ਨਹੀਂ ਚੱਲਿਆ ਕਿਉਂਕਿ ਸਾਡੇ ਜਿਹੜੇ ਨੇਤੇ ਸੀ ਅਸੀਂ ਖੁਸ਼ ਸੀ ਕਿ ਬਈ ਪ੍ਰੈਜੀਡੈਂਟ ਸਾਡਾ ਹੈਗਾ ਤੇ ਬਾਅਦ ਵਿੱਚ ਪ੍ਰਾਈਮ ਮਿਨਿਸਟਰ ਸਾਡੇ ਬਣ ਗਏ ਸਰਦਾਰਾਂ ਨੂੰ ਕੋਈ ਬੁਕਤ ਹੋ ਗਈ ਹੈ ਲੇਕਿਨ ਐਕਚੁਅਲ ਦੇਖਿਆ ਜਾਏ ਕਿ ਉਹਨਾਂ ਵਿੱਚ ਬਿਲਕੁਲ ਦਮ ਨਹੀਂ ਸੀ ਔਰ ਉਹਨਾਂ ਦੀ ਬਿਲਕੁਲ ਕੋਈ ਗੱਲ ਮੰਨੀ ਨਹੀਂ ਗਈ ਔਰ ਬਿਲਕੁਲ ਕੋਈ ਚੱਲੀ ਨਹੀਂ ਜੀ ਤੇ ਉਹਨਾਂ ਨੂੰ ਮੇਰੇ ਹਿਸਾਬ ਨਾਲ ਕਿ ਆਪਣੀ ਜਾਨ ਬਚਾਉਣਾ ਵੀ ਮੁਸ਼ਕਿਲ ਹੋ ਗਿਆ ਸੀ ਕਿ ਸ਼ਾਇਦ ਉਹਨਾਂ ਉੱਤੇ ਵੀ ਕਿਸੇ ਵਕਤ ਕੋਈ ਅਟੈਕ ਹੋ ਜਾਏਗਾ ਤੇ ਇਸ ਕਰਕੇ ਉਹ ਬਿਲਕੁਲ ਇਸ ਵਾਰਦਾਤ ਤੋਂ ਪਰੇ ਹਟ ਕੇ ਇਸ ਮੁਲਕ ਉੱਤੇ ਬਹੁਤ ਵਿਸ਼ਵਾਸ ਹੈਗਾ ਸੀ ਕਿਉਂਕਿ ਸਾਡੇ ਵਿਸ਼ਵਾਸ ਸਰਦਾਰਾਂ ਨੇ ਹਮੇਸ਼ਾ ਅੱਗੇ ਆ ਕੇ ਆਜ਼ਾਦੀ ਤੋਂ ਲੈ ਕੇ ਜੀ ਮਿਲਟਰੀ ਤੋਂ ਲੈ ਕੇ ਜਿੱਤੀਆਂ ਲੜਾਈਆਂ ਹੋਈਆਂ ਪਾਕਿਸਤਾਨ ਚੀਨ ਨਾਲ ਸਾਡੀ ਸਿੱਖ ਰੈਜੀਮੈਂਟ ਨੇ ਅੱਗੇ ਜਾ ਕੇ ਆਪਣੀਆਂ ਜਾਨਾਂ ਦਿੱਤੀਆਂ ਜੀ ਔਰ ਉਹਨਾਂ ਨੂੰ ਇਸ ਦੇਸ਼ ਉੱਤੇ ਕਬਜ਼ਾ ਕਰਨ ਤੋਂ ਰੋਕਿਆ ਜੀ ਔਰ ਦੂਜਾ ਅਸੀਂ ਅੱਜ ਪੰਜਾਬ ਦੇ ਵੀ ਹਾਲ ਦੇਖਦੇ ਹਾਂ ਕਿ ਜਿੱਥੇ ਬੱਚੇ ਘਰਾਂ ਦੇ ਜਵਾਨ ਬੱਚੇ ਐਡਿਕਟ ਹੋ ਗਏ ਔਰ ਦੂਜਾ ਉੱਥੇ ਜਿਹੜਾ ਕੈਂਸਰ ਉਹ ਘਰਾਂ ਘਰਾਂ ਤੱਕ ਪਹੁੰਚ ਗਿਆ ਹੈਗਾ ਔਰ ਉਹਦਾ ਕੋਈ ਇਲਾਜ ਇਹਨਾਂ ਨੇਤਿਆਂ ਕੋਲ ਨਹੀਂ ਹੈਗਾ ਕਿਉਂ ਡਰੱਗਸ ਦੀ ਤਸਕਰੀ ਕਰਾ ਰਹੇ ਕਿਉਂਕਿ ਨੇਤੇ ਸਾਰੇ ਆਪਸ ਵਿੱਚ ਮਿਲੇ ਹੋਏ ਨੇ ਕੋਈ ਇਹੋ ਜਿਹਾ ਸਾਡਾ ਪੋਲੀਟੀਕਲ ਨੇਤਾ ਨਿਕਲਦਾ ਹੈ ਜਿਹੜਾ ਕਹੇ ਕਿ ਮੈਂ ਸੱਚੇ ਦਿਲ ਨਾਲ ਕੰਮ ਕਰਨਾ ਹੈ ਔਰ ਪੰਜਾਬ ਨੂੰ ਬਿਲਕੁਲ ਉਸੇ ਹਾਲਾਤ ਵਿੱਚ ਲਿਆਉਣਾ ਜਿਵੇਂ ਪਹਿਲੇ ਸੀ ਜੀ ਤੇ ਉਸ ਰਕਮ ਦਾ ਕੋਈ ਨੇਤਾ ਅਗਰ ਸਾਹਮਣੇ ਆਉਂਦਾ ਤੇ ਸ਼ਾਇਦ ਪੰਜਾਬ ਦਾ ਕੁਛ ਬਣ ਜਾਏ ਨਹੀਂ ਤੇ ਜਿੰਨਾ ਜਵਾਨ ਘਰਾਂ ਦੇ ਜਵਾਨ ਬੱਚੇ ਐਡਿਕਟ ਹੋ ਕੇ ਮਰੀ ਜਾ ਰਹੇ ਹਨ ਕੋਈ ਫਾਂਸੀ ਲਗਾ ਕੇ ਮਰੀ ਜਾ ਰਿਹਾ ਜੀ ਕੋਈ ਕੈਂਸਰ ਦੇ ਨਾਲ ਮਰੀ ਜਾ ਰਿਹਾ ਉਹਨਾਂ ਦੀ ਬੱਚੀਆਂ ਦੇ ਕੋਈ ਰਿਸ਼ਤੇ ਨਹੀਂ ਹੋ ਰਹੇ ਉੱਥੇ ਬਰਾਤਾਂ ਨਹੀਂ ਆ ਰਹੀਆਂ ਮਾਂ ਪਿਓ ਪਰੇਸ਼ਾਨ ਬੱਚਿਆਂ ਨੂੰ ਦੇਖ ਦੇਖ ਕੇ ਕੈਂਸਰ ਦੇ ਹਾਲਾਤਾਂ 'ਚ ਤੇ ਉਸ ਪੰਜਾਬ ਦਾ ਕੀ ਬਣੇਗਾ ਅਲਟੀਮੇਟਲੀ ਉਹ ਪੰਜਾਬ ਕੁਛ ਦਿਨਾਂ ਬਾਅਦ ਥੋੜਾ ਥੋੜਾ ਕਰਕੇ ਖਤਮ ਹੁੰਦਾ ਜਾਏਗਾ ਬਿਲਕੁਲ ਜਿਹੜਾ ਕਿ ਕਿਸੇ ਵਕਤ ਇਹ ਨੰਬਰ ਇੱਕ ਹੈਗਾ ਸੀ ਹਰ ਇੱਕ ਚੀਜ਼ ਵਿੱਚ ਮੁਲਕ ਦੇ ਬਿਲਕੁਲ ਸੋਨੇ ਦੀ ਚਿੜੀ ਜਿਹੜਾ ਪੰਜਾਬ ਨੂੰ ਕਿਹਾ ਜਾਂਦਾ ਸੀਗਾ ਔਰ ਕੋਸ਼ਿਸ਼ ਸੀਗੀ ਕਿ ਪੰਜਾਬ ਦਾ ਜਿਹੜਾ ਭਵਿੱਖ ਹੈਗਾ ਉਹ ਸੁਨਹਿਰਾ ਹੋਵੇਗਾ ਕਿਉਂਕਿ ਉਮੀਦਾਂ ਲਗਾਈਆਂ ਗਈਆਂ ਸਨ ਔਰ ਜਿਸ ਤਰੀਕੇ ਦਾ ਇਹਨਾਂ ਨੇ ਵਾਕਿਆ ਵੀ ਬਿਆਨ ਕੀਤਾ 1984 ਜੈਨੋਸਾਈਡ ਦੀ ਲੈ ਕੇ ਜਿਹੜੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ ਅੱਜ ਮੈਂ ਕੋਸ਼ਿਸ਼ ਕਰ ਰਿਹਾ ਤੁਹਾਡੇ ਸਾਹਮਣੇ ਵੱਖ ਵੱਖ ਸੂਬਿਆਂ ਦੇ ਵਿੱਚ ਵੱਖ ਵੱਖ ਸ਼ਹਿਰਾਂ ਦੇ ਵਿੱਚ ਅਮਰੀਕਾ ਦੇ ਵਿੱਚ ਕਈ ਪਰਿਵਾਰ ਹਨ ਜਿਨ੍ਹਾਂ ਦੇ ਨਾਲ ਇਹ ਹਾਦਸਾ ਵਾਪਰਿਆ ਲੇਕਿਨ ਦਿਲਾਂ ਦੇ ਵਿੱਚ ਦਰਦ ਹੈ ਦਿਲਾਂ ਦੇ ਵਿੱਚ ਅੱਜ ਵੀ ਪੀੜ ਹੈ ਔਰ ਦਿਲ ਦੇ ਵਿੱਚ ਇਹ ਵੀ ਸੋਚ ਸੋਚਣ ਨੂੰ ਮਜਬੂਰ ਕਰ ਰਹੀ ਹੈ ਕਿ ਕਾਸ਼ ਕੋਈ ਅਜਿਹੇ ਲੋਕ ਸਾਹਮਣੇ ਆ ਜਾਣ ਪੰਜਾਬ ਦੇ ਵਿੱਚ ਜੋ ਕਿ ਪੰਜਾਬ ਦੇ ਭਵਿੱਖ ਨੂੰ ਸੁਨਹਿਰਾ ਕਰ ਦੇਣ ਤੇ ਜਿਵੇਂ ਤਿਰਲੋਕ ਸਿੰਘ ਜੀ ਹੋਰਾਂ ਨੇ ਸਾਨੂੰ ਦੱਸਿਆ ਕਿ ਇਹਨਾਂ ਨੂੰ ਆਸ ਹੈ ਕਿ ਕਈ ਲੀਡਰ ਅਜਿਹੇ ਵੀ ਹਨ ਪੰਜਾਬ ਦੇ ਵਿੱਚ ਜੋ ਕਿ ਵਾਕਈ ਪੰਜਾਬ ਦੇ ਭਵਿੱਖ ਨੂੰ ਪੰਜਾਬ ਦੇ ਜਵਾਨੀ ਨੂੰ ਪੰਜਾਬ ਦੇ ਬੁਢਾਪੇ ਨੂੰ ਪੰਜਾਬ ਦੇ ਕਿਸਾਨਾਂ ਨੂੰ ਕਰ ਸਕਦੇ ਨੇ ਵਧੀਆ ਅਮਨਪ੍ਰੀਤ ਸਿੰਘ ਜੀ ਉਮੀਦ ਜਤਾਈ ਜਾ ਰਹੀ ਹੈ ਜੇਕਰ ਉਮੀਦ ਦੀ ਗੱਲ ਕਰੀਏ ਤਾਂ ਹੁਣ ਇੱਕ ਕਿਰਨ ਜਾਗੀ ਹੈ ਨਵੀਂ ਪੋਲੀਟੀਕਲ ਵੇਵ ਜਿਹੜੀ ਪੰਜਾਬ ਦੇ ਵਿੱਚ ਸ਼ੁਰੂ ਹੋਈ ਹੈ ਕਿਉਂਕਿ ਕੱਲ੍ਹ ਵੀ ਅਸੀਂ ਮੁੱਦਾ ਕੀਤਾ ਸੀਗਾ ਕਈ ਲੋਕਾਂ ਨੇ ਹਿਮਾਇਤ ਕੀਤੀ ਕਿ ਆਮ ਆਦਮੀ ਪਾਰਟੀ ਤਾਂ ਖੈਰ ਕੌਂਟਰਵਰਸੀ ਦੇ ਵਿੱਚ ਰਹੀ ਹੈ ਲੇਕਿਨ ਜੇਕਰ ਹੁਣ ਕੋਈ ਉਮੀਦ ਲਗਾਈ ਜਾ ਰਹੀ ਹੈ ਤਾਂ ਉਹ ਸੁਖਪਾਲ ਖਹਿਰਾ ਤੋਂ ਲਗਾਈ ਜਾ ਰਹੀ ਹੈ ਤੁਹਾਨੂੰ ਕੀ ਲੱਗਦਾ ਕਿ ਸੁਖਪਾਲ ਖਹਿਰਾ ਦੇ ਵਿੱਚ ਕੀ ਅਜਿਹੇ 5 ਫੈਕਟਰ ਨੇ ਜੀ ਜੋ ਕਿ ਇਹ ਸਿਆਸਤਦਾਨ ਖਤਮ ਨਹੀਂ ਕਰ ਪਾਏ ਤਾਂ ਸੁਖਪਾਲ ਖਹਿਰਾ ਤੇ ਉਹਨਾਂ ਦੀ ਟੀਮ ਜਾਂ ਫਿਰ ਆਮ ਆਦਮੀ ਪਾਰਟੀ ਖਤਮ ਕਰ ਦੇਗੀ ਦੇਖੋ ਜੀ ਪੰਜਾਬ ਦੇ ਮਸਲੇ ਪਹਿਲਾਂ ਤੇ ਮੈਂ ਸਿਰਫ 10 ਸੈਕਿੰਡ ਆਵਾਂਗਾ ਜੋ ਅੰਕਲ ਜੀ ਨੇ ਸਰਦਾਰ ਤਰਲੋਕ ਸਿੰਘ ਜੀ ਨੇ ਗੱਲ ਕੀਤੀ ਜੀ ਬੜੀ ਦੁੱਖ ਦੀ ਗੱਲ ਆ ਕਿ ਅੱਜ 35 ਸਾਲ ਹੋ ਜਾਣ 33 ਸਾਲ ਹੋ ਜਾਣ ਸਾਨੂੰ ਜੋ ਹੋਇਆ ਉਹ ਹੋਇਆ ਪਰ ਇਨਸਾਫ਼ ਨਹੀਂ ਮਿਲਿਆ ਜੀ ਤੇ ਉਹ ਉਹ ਪਾਤਰ ਜੀ ਦਾ ਸ਼ੇਅਰ ਆ ਕਿ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਹੋ ਗਏ ਜਾਓ ਇਹਨਾਂ ਨੂੰ ਆਪਣੇ ਘਰੀ ਜਾਣ ਹੁਣ ਇੱਕ ਹੱਦ ਤੱਕ ਇੱਥੇ ਖੜੇ ਰਹਿਣਗੇ ਸੱਚਾਈ ਗੱਲ ਦੱਸੀਏ ਤੇ ਉਸ ਸਿਸਟਮ ਤੋਂ ਉਮੀਦ ਕੋਈ ਨਹੀਂ
ਕਿਉਂਕਿ ਜੇ ਹੋਣਾ ਹੁੰਦਾ ਜਿਹੜੀ ਸਰਕਾਰ ਆਉਂਦੀ ਆ ਉਹ ਇੱਕ ਔਰ ਈਵਨ ਆਪਣਿਆਂ ਨੇ ਵੀ ਇਸ ਗੱਲ ਦਾ ਫਾਇਦਾ ਉਠਾਇਆ। ਦੂਜਿਆਂ ਦੀ ਤਾਂ ਗੱਲ ਛੱਡੀਏ, ਪੰਜਾਬ 'ਚ ਜਦੋਂ ਇਲੈਕਸ਼ਨ ਆਉਂਦੀ ਹੈ ਅਕਾਲੀ ਦਲ ਵਾਲੇ ਕਹਿੰਦੇ ਜੀ ਅਸੀਂ STI ਬਿਠਵਾਵਾਂਗੇ, ਸਪੈਸ਼ਲ ਇਨਵੈਸਟੀਗੇਸ਼ਨ ਕਰਵਾਵਾਂਗੇ। ਜਿਹੜਾ ਜਿਹੜਾ ਕੀਤਾ ਜਿਨ੍ਹਾਂ ਨੇ, ਜੇ ਆਪਾਂ ਕਹਿੰਦੇ ਕਾਂਗਰਸ ਨੇ ਕੀਤੇ ਜਾਂ ਜਿਹੜੇ ਲੋਕਾਂ ਨੇ ਕੀਤੇ ਉਹ ਤੇ ਵੱਖਰੀ ਗੱਲ ਆ, ਪਰ ਜਿਹਨੂੰ ਅਸੀਂ ਆਪਣੀ ਪਾਰਟੀ ਕਹਿੰਦੇ ਹਾਂ, ਜਿਹਨੂੰ ਅਸੀਂ ਪੰਥਕ ਸਰਕਾਰ ਕਹਿੰਦੇ ਹਾਂ, ਉਹਨਾਂ ਵੀ ਇਸ ਗੱਲ ਦਾ ਮਜ਼ਾਕ ਉਡਾਇਆ। ਹਰ 5 ਸਾਲ ਬਾਅਦ ਆ ਕੇ ਸਾਨੂੰ ਕਿਹਾ ਜੀ ਅਸੀਂ ਇਨਵੈਸਟੀਗੇਸ਼ਨ ਕਰਵਾਵਾਂਗੇ। ਤੇ ਚਲੋ ਇੱਕ ਬਹੁਤ ਬਹੁਤ ਜ਼ਿਆਦਾ ਪਹਿਲੀ ਵਾਰੀ ਫਸਟ ਹੈਂਡ ਸੁਣਿਆ ਕਿਸੇ ਦੇ ਕੋਲੋਂ ਜਿਹੜਾ ਇਸ ਦਰਦ ਨੂੰ ਪਿੰਡੇ ਤੇ ਹਟਾ ਚੁੱਕਿਆ ਜੀ, ਤੇ ਉਮੀਦ ਫਿਰ ਵੀ ਹੈ ਸ਼ਾਇਦ ਕਿਤੇ ਇਨਸਾਫ ਮਿਲੇ। ਤੁਸੀਂ ਸੁਖਪਾਲ ਸਿੰਘ ਖਹਿਰਾ ਦੀ ਗੱਲ ਕੀਤੀ ਜੀ, ਜਿਹੜੀ ਉਮੀਦ ਆ ਮੈਨੂੰ ਤੇ ਪੂਰੀ ਆਮ ਆਦਮੀ ਪਾਰਟੀ ਤੋਂ ਉਮੀਦ ਆ, ਤੇ ਇਸ ਵੇਲੇ ਉਹਨਾਂ ਨੂੰ ਜਿਹੜਾ ਪੰਜਾਬ ਚ ਅੱਗੇ ਹੋ ਕੇ ਲੜ ਰਹੇ ਨੇ ਉਹ ਸਭ ਤੋਂ ਜ਼ੋਰ ਨਾਲ ਲੜ ਰਹੇ, ਉਹ ਕਮਾਂਡ ਸੁਖਪਾਲ ਸਿੰਘ ਖਹਿਰਾ ਦੇ ਹੱਥ। ਲੇਕਿਨ ਤੁਹਾਡੇ ਆਮ ਆਦਮੀ ਪਾਰਟੀ ਦੇ ਜਿਹੜੇ ਆਲਾ ਕਮਾਨ ਹੈ, ਹਾਈ ਕਮਾਨ ਹੈ, ਉਹ ਤਾਂ ਕਿਸੇ ਵੀ ਜਿਹੜਾ ਸੋਸ਼ਲ ਕੌਜ਼ ਲਈ ਅੱਗੇ ਆਉਂਦਾ ਉਹਨਾਂ ਨੂੰ ਟਿੱਕਰ ਹੀ ਨਹੀਂ ਦਿੰਦੀ। ਚਾਹੇ ਤੁਸੀਂ ਹੁਣ ਗੱਲ ਕਰ ਲਓ ਛੋਟੇ ਪੁਰੋਰਾਂ ਦੀ, ਚਾਹੇ ਤੁਸੀਂ ਗੱਲ ਕਰ ਲਓ ਗੁਰਪ੍ਰੀਤ ਗੁੱਗੀ ਦੀ, ਚਾਹੇ ਤੁਸੀਂ ਗੱਲ ਕਰ ਲਓ ਭਗਵੰਤ ਮਾਨ ਦੀ, ਭਗਵੰਤ ਮਾਨ ਕਿਉਂ ਸਾਹਮਣੇ ਕਿਉਂ ਨਹੀਂ ਆਏ? ਜੇਕਰ ਉਹ ਵਾਕਈ ਫਿਕਰਮੰਦ ਸੀਗੇ ਪੰਜਾਬ ਦੇ ਲਈ ਤਾਂ ਕਿਉਂ ਹਸਪਤਾਲ ਦੇ ਵਿੱਚ ਭਰਤੀ ਹੋ ਗਏ? ਵੇਖੋ ਮੈਂ ਕਿਸੇ ਇੱਕ ਜਿਹੜੇ ਤੁਸੀਂ ਨਾਂ ਲਏ ਨੇ ਬਿਲਕੁਲ ਸੱਚੀ ਗੱਲ ਹੈ, ਦੁੱਖ ਦੀ ਗੱਲ ਇਹ ਹੈ ਕਿ ਜਿਸ ਸੁਪਨਿਆਂ ਤੇ ਪਾਰਟੀ ਬਣੀ ਆ ਉਹਦਾ ਇੱਕ ਬੇਸ ਅਰਵਿੰਦ ਕੇਜਰੀਵਾਲ ਜੀ ਨੇ ਕਿਤਾਬ ਦਿੱਤੀ ਹੈ ਸਵਰਾਜ। ਸੋ ਸਵਰਾਜ ਦਾ ਮਤਲਬ ਇਹ, ਉਹਨਾਂ ਨੇ ਕਿਹਾ ਜੀ ਅਸੀਂ ਇਸ ਪਾਰਟੀ ਚ ਬਿਲਕੁਲ ਜਿਹੜਾ ਮਹੱਲਾ ਲੈਵਲ ਤੇ ਉੱਤੇ ਲੈਵਲ ਤੇ ਸਾਰੇ ਲੋਕਾਂ ਨਾਲ ਸਲਾਹ ਕਰਕੇ ਪਾਰਟੀ ਚਲਾਵਾਂਗੇ, ਲੋਕਾਂ ਦੇ ਮੁੱਦੇ ਚੁੱਕਾਂਗੇ ਲੋਕਾਂ ਦੇ ਵੱਲੋਂ ਹੀ। ਦੁੱਖ ਦੀ ਗੱਲ ਹੈ ਜਿਵੇਂ ਤੁਸੀਂ ਦੱਸਿਆ ਵੀ ਪਹਿਲਾਂ ਸਰਦਾਰ ਸੁੱਚਾ ਸਿੰਘ ਛੋਟੇਪੁਰ, ਅੰਮ੍ਰਿਤਸਰ ਵਾਲੇ ਅੱਖਾਂ ਦੇ ਡਾਕਟਰ ਦਲਜੀਤ ਸਿੰਘ ਜੀ, ਡਾਕਟਰ ਗਾਂਧੀ, ਬਹੁਤ ਰਿਗਾਰਡ ਆ ਮੇਰੇ ਮਨ ਚ ਡਾਕਟਰ ਗਾਂਧੀ ਵਰਗਾ। ਔਰ ਸਭ ਤੋਂ ਜ਼ਿਆਦਾ ਦੁੱਖ ਹੁੰਦਾ ਜਦੋਂ ਇਹੋ ਜਿਹੇ ਬੰਦੇ ਪਾਰਟੀ ਛੱਡ ਕੇ ਪਰੇ ਚਲੇ ਗਏ ਨੇ। ਸੋ ਇਹ ਜਿਹੜਾ ਤੁਸੀਂ ਕਹਿੰਦੇ ਹੋ, ਇਹ ਪਤਾ ਨਹੀਂ ਜਿਹੜਾ ਰੀਸੈਂਟ ਐਪੀਸੋਡ ਆ ਇਹਨੇ ਤੇ ਵਾਕਈ ਇੱਕ ਹਰ ਵਲੰਟੀਅਰ ਨੂੰ, ਖਾਸ ਕਰਕੇ NRI ਵਲੰਟੀਅਰਸ ਨੂੰ, ਜਿਨ੍ਹਾਂ ਨੇ ਆਪਣਾ ਜੀ ਜਾਨ ਅਸੀਂ ਲਾਤਾ ਸੀ ਇਲੈਕਸ਼ਨ ਚ ਤੇ ਅੱਗੋਂ ਵੀ ਲਾਵਾਂਗੇ। ਬਿਲਕੁਲ, ਸਾਡੇ UK ਯੂਰਪ ਦੇ ਵਿੱਚ ਵਸਦੇ ਸਾਡੇ ਕਈ ਵਿਊਅਰਸ ਨੇ, ਕਈ ਸਾਡੇ ਕਾਲਰ ਜਿਹੜੇ ਸਾਨੂੰ ਫੋਨ ਕਰਦੇ ਨੇ, ਉਹਨਾਂ ਨੇ ਕਿਹਾ ਕਿ ਅਸੀਂ ਖੁਦ ਆਪ ਜ਼ਮੀਨੀ ਪੱਧਰ ਤੇ ਪੰਜਾਬ ਦੇ ਵਿੱਚ ਜਾ ਕੇ ਹਿਮਾਇਤ ਕੀਤੀ ਹੈ ਆਮ ਆਦਮੀ ਪਾਰਟੀ ਦੀ, ਕਿਉਂਕਿ ਉਹਨਾਂ ਨੂੰ ਕੋਈ ਹੋਰ ਨਹੀਂ ਕੰਮ ਸੀਗਾ, ਆਪਣੀ ਨੌਕਰੀਆਂ ਛੱਡ ਕੇ ਵਿਦੇਸ਼ਾਂ ਦੇ ਵਿੱਚ ਉਹ ਗਏ ਨੇ ਉੱਥੇ, ਕਿਉਂਕਿ ਉਹਨਾਂ ਨੂੰ ਸਿਰਫ ਇੱਕ ਉਮੀਦ ਸੀਗੀ, ਇੱਕ ਰੋਸ਼ਨੀ ਦੀ ਕਿਰਨ ਆਈ ਸੀਗੀ ਕਿ ਲੱਗਦਾ ਸੀਗਾ ਕਿ ਆਮ ਆਦਮੀ ਪਾਰਟੀ ਵਾਕਈ ਜਿਹੜਾ ਮੁੱਦਿਆਂ ਦੀ ਗੱਲ ਹੈ, ਜਿਹੜੇ ਵਾਕਈ ਇਸ਼ੂਜ਼ ਨੇ ਉਹਨਾਂ ਨੂੰ ਅਮਲੀਜਾਮਾ ਪਹਿਨਾਏਗੀ। ਸੋ ਜਿਹੜਾ ਤੁਹਾਡਾ ਕੁਐਸਚਨ ਸੀ ਸੁਖਪਾਲ ਸਿੰਘ ਖਹਿਰਾ ਬਾਰੇ ਜੀ, ਮੈਂ ਤੇ ਪੂਰੀ ਆਮ ਆਦਮੀ ਪਾਰਟੀ ਦੀ ਗੱਲ ਕਰਾਂਗਾ, ਖਹਿਰਾ ਸਾਹਿਬ ਦੀ ਇਸ ਕਰਕੇ ਕਰ ਰਹੇ ਕਿਉਂਕਿ ਇਸ ਵੇਲੇ ਉਹ ਅੱਗੇ ਹੋ ਕੇ ਲੜ ਰਹੇ ਆ। ਸਾਨੂੰ ਉਮੀਦ ਇਸ ਕਰਕੇ ਹੈ ਕਿ ਜੇ ਤੁਸੀਂ ਪਿਛਲੇ ਜਦੋਂ ਦੇ ਉਹ MLA ਬਣੇ ਨੇ ਉਹ ਛੋਟੇ ਜਿਹੇ ਬਰੀਫ ਪੀਰੀਅਡ ਚ ਉਹਨਾਂ ਦੀ ਅਚੀਵਮੈਂਟਸ ਦੇਖੋ, ਇਹ ਬਹੁਤ ਅੱਜ ਅਕਾਲੀ ਦਲ ਨੂੰ ਵੀ ਤੇ ਕਾਂਗਰਸ ਨੂੰ ਜੇ ਪੰਜਾਬ ਦੇ ਵਿੱਚ, ਲੇਕਿਨ ਪੰਜਾਬ ਦੇ ਲੋਕਾਂ ਨੇ ਭਾਜੀ, ਪੰਜਾਬ ਦੇ ਲੋਕਾਂ ਨੇ 10 ਸਾਲ ਅਕਾਲੀ ਦਲ ਨੂੰ ਦਿੱਤੇ, ਹੁਣ ਇਸ ਵਾਰ ਜਿਹੜੀ ਹੈ ਉਮੀਦ 77 ਸੀਟਾਂ ਦੇ ਨਾਲ ਕਾਂਗਰਸ ਦੇ ਉੱਤੇ ਜਿਤਾਈ ਹੈ, ਤਾਂ ਆਸ ਤਾਂ ਮੈਨੂੰ ਲੱਗਦਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਕਾਂਗਰਸ ਤੋਂ ਹੈ, ਕੈਪਟਨ ਅਮਰਿੰਦਰ ਸਿੰਘ ਤੋਂ ਹੈ। ਕੀ ਤੁਹਾਨੂੰ ਲੱਗਦਾ ਕਿ ਕਿਹੜੀਆਂ ਉਹ ਗੱਲਾਂ ਨੇ ਜਿਹੜੀਆਂ ਨਹੀਂ ਕਰ ਪਾ ਰਹੇ ਹਨ, ਕਿਹੜੀ ਅਜਿਹੀਆਂ ਸੋਸ਼ਲ ਇਸ਼ੂਜ਼ ਨੇ ਜਿਹੜੇ ਉਹ ਨਹੀਂ ਚੱਕ ਪਾ ਰਹੇ ਹਨ, ਕੀ ਵਾਕਈ ਹੀ ਪੰਜਾਬ ਜਿਹੜਾ 10 ਸਾਲ ਪਹਿਲਾਂ ਅਕਾਲੀਆਂ ਨੇ ਕੀਤਾ, ਇਲਜ਼ਾਮ ਲੱਗਦੇ ਨੇ ਕਿ ਖਜ਼ਾਨਾ ਖਾਲੀ ਹੋ ਗਿਆ, ਹੁਣ ਜਿਹੜਾ ਪੰਜਾਬ ਹੈਗਾ ਜਿਨ੍ਹਾਂ ਦੇ ਹੱਥ ਦੇ ਵਿੱਚ ਹੈਗਾ, ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਹੱਥ ਦੇ ਵਿੱਚ ਹੈਗਾ, ਉਹ ਕਹਿੰਦੇ ਸਾਡੇ ਕੋਲ ਪੈਸੇ ਨਹੀਂ ਹੈਗੇ, ਸਾਡਾ ਖਜ਼ਾਨਾ ਖਾਲੀ ਪਿਆ ਹੋਇਆ, ਤੇ ਫਿਰ ਕਿਵੇਂ ਸੁਖਪਾਲ ਖਹਿਰਾ ਇੱਕਦਮ ਆ ਕੇ ਠੀਕ ਕਰ ਦੇਣਗੇ? ਵਟ ਯੂ ਥਿੰਕ? ਵੀ ਵਿਲ ਡੈਫੀਨੇਟਲੀ ਆਸਕ ਦਿਸ ਕੁਐਸਚਨ, ਆਪਾਂ ਇਸ ਗੱਲ ਦਾ ਜ਼ਰੂਰ ਜਵਾਬ ਲਵਾਂਗੇ। ਔਰ ਇਹ ਵੀ ਗੱਲ ਜ਼ਰੂਰ ਕਰਾਂਗੇ ਕਿ ਤ੍ਰਿਲੋਕ ਸਿੰਘ ਹੋਰਾਂ ਨੇ ਜਿਹੜਾ ਸੰਤਾਪ ਹੰਡਾਇਆ, ਜਿਹੜੇ ਦੁੱਖ ਇਹਨਾਂ ਨੇ ਸਾਡੇ ਨਾਲ ਅੱਜ ਸ਼ੇਅਰ ਕੀਤੇ ਨੇ, ਇਹ ਕਿ ਕੁਝ ਉਮੀਦਾਂ ਲਗਾ ਕੇ ਬੈਠੇ ਹੋਏ ਨੇ, ਤੁਸੀਂ ਕੀ ਚਾਹੁੰਦੇ ਹੋ, ਸਿੱਖ ਡਾਇਸਪੋਰਾ ਕੀ ਚਾਹੁੰਦਾ, ਜਾਣਨ ਦੀ ਕੋਸ਼ਿਸ਼ ਕਰਾਂਗੇ ਇਸ ਨਿੱਕੇ ਜਿਹੇ ਵਕਫੇ ਤੋਂ ਬਾਅਦ।